ਸਸਿਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਚੜ੍ਹਦੀ ਕਲਾ ਚੜ੍ਹਦੀ ਕਲਾ ਹੀ ਹੋਣੀ ਚਾਹੀਦੀ ਆ ਤੇ ਅੱਜ ਆਪਾਂ ਜਾ ਰਹੇ ਹਾਂ ਜੀ ਹੁਸ਼ਿਆਰਪੁਰ ਨੂੰ ਆਪਣਾ ਹੈਵੀ ਲਾਇਸੈਂਸ ਜਿਹੜਾ ਆ ਉਹ ਹੋ ਗਿਆ ਐਕਸਪਾਇਰ ਹੋ ਗਿਆ ਸੀਗਾ ਜੀ ਮਹੀਨਾ ਕੁ ਪਹਿਲਾਂ ਉਹਦੇ ਲਈ ਰੀਨਿਊ ਕਰਵਾਉਣ ਲਈ ਤੁਹਾਨੂੰ ਪਤਾ ਹੀ ਹੋਣਾ ਕਿ ਹੈਵੀ ਲਾਇਸੈਂਸ ਜਦੋਂ ਰੀਨਿਊ ਕਰਾਈਏ ਤਾਂ ਕਲਾਸਾਂ ਲਾਉਣੀਆਂ ਪੈਂਦੀਆਂ ਦੁਬਾਰਾ ਮਊਆਣੇ ਜਾ ਕੇ ਪਹਿਲਾਂ ਇਕੱਲਾ ਮਊਆਣੇ ਸੀਗਾ ਜਿਹੜਾ ਕਿ ਡੱਬ ਵਾਲੀ ਕੋਲੇ ਪੈਂਦਾ ਅਤੇ ਹੁਣ ਹੁਸ਼ਿਆਰਪੁਰ ਵੀ ਇੱਕ ਸਕੂਲ ਨਵਾਂ ਖੁੱਲ੍ਹ ਗਿਆ ਉੱਥੋਂ ਵੀ ਉਹ ਸਰਟੀਫਿਕੇਟ ਮਿਲ ਜਾਂਦਾ ਕਲਾਸਾਂ ਦੋ ਦਿਨ ਲਾ ਕੇ ਅਤੇ ਮਊਆਣੇ ਇਸ ਵਾਰ ਰਸ਼ ਬਹੁਤ ਸੀਗਾ ਬਹੁਤ ਜ਼ਿਆਦਾ ਵੇਟਿੰਗ ਚੱਲ ਰਹੀ 6-6 ਮਹੀਨੇ ਦੀ ਵੇਟਿੰਗ ਚੱਲ ਰਹੀ ਹੈ ਜੇ ਆਪਾਂ ਅਪੁਆਇੰਟਮੈਂਟ ਲਈਏ 6 ਮਹੀਨੇ ਬਾਅਦ ਆਪਣੀ ਵਾਰੀ ਆਉਂਦੀ ਅਤੇ ਹੁਸ਼ਿਆਰਪੁਰ ਟਰਾਈ ਕੀਤਾ ਸੀ ਇੱਥੇ ਵੇਟਿੰਗ ਚਲੋ ਇੱਥੇ ਵੀ 3-4 ਮਹੀਨੇ ਦੀ ਹੈਗੀ ਆ ਅਤੇ ਆਪਾਂ ਹੁਸ਼ਿਆਰਪੁਰ ਟਾਈਮ ਲੈ ਲਿਆ ਸੀ ਅਪੁਆਇੰਟਮੈਂਟ ਲੈ ਲਈ ਸੀਗੀ ਮਤਲਬ ਅਤੇ ਉਹਨਾਂ ਨੇ ਕਹੀ ਫੋਨ ਕਰਾਂਗੇ ਜਦੋਂ ਤੁਹਾਡੀ ਵਾਰੀ ਆ ਗਈ ਅਤੇ ਮਹੀਨਾ 1.5 ਕੁ ਮਹੀਨਾ ਹੋ ਗਿਆ ਆ ਅਤੇ ਆਪਾਂ ਨੂੰ ਕੱਲ੍ਹ ਫੋਨ ਆ ਗਿਆ ਸੀਗਾ ਵੀ ਕੱਲ੍ਹ ਅਤੇ ਪਰਸੋਂ 2 ਦਿਨ ਆਪਣੀ ਕਲਾਸ ਲਗਾ ਕੇ ਆਪਣਾ ਸਰਟੀਫਿਕੇਟ ਲੈ ਲਓ ਅਤੇ ਇਸ ਕਰਕੇ ਅੱਜ ਆਪਾਂ ਜਾ ਰਹੇ ਹਾਂ ਜੀ ਹੁਸ਼ਿਆਰਪੁਰ ਕਲਾਸ ਲਾਉਣ ਅਤੇ ਕੱਲ੍ਹ ਨੂੰ ਵੀ ਜਾਵਾਂਗੇ 2 ਦਿਨ ਕਲਾਸ ਲੱਗ ਕੇ ਫਿਰ ਸਰਟੀਫਿਕੇਟ ਮਿਲੂਗਾ ਉਸ ਤੋਂ ਬਾਅਦ ਫਿਰ ਲਾਇਸੈਂਸ ਰੀਨਿਊ ਹੁੰਦਾ ਹੈ ਜਿਹੜਾ ਹੈਵੀ ਹੁੰਦਾ ਐਚ ਡੀ ਵੀ ਪਿਛਲੀ ਵਾਰ ਆਪਾਂ ਗਏ ਸੀ ਮਊਆਣੇ ਇੱਕ ਮੁੰਡਾ ਨਾਲ ਆ ਜੀ ਹੋਰ ਫਰੈਂਡ ਹੀ ਆ ਮੇਰਾ ਅਤੇ ਪਿਛਲੀ ਵਾਰ ਵੀ ਅਸੀਂ ਇੱਕੋ ਦਿਨ ਇਕੱਠੇ ਗਏ ਸੀ ਗੱਡੀ 'ਚ ਮਊਆਣੇ 2 ਦਿਨ ਉੱਥੇ ਰਹਿ ਕੇ ਅਤੇ ਲਾਇਸੈਂਸ ਬਣਾ ਕੇ ਮਤਲਬ ਸਰਟੀਫਿਕੇਟ ਲੈ ਕੇ ਆਏ ਸੀ ਹੈਵੀ ਲਾਇਸੈਂਸ ਲਈ ਅਤੇ ਇੱਕੋ ਦਿਨ ਬਣੇ ਅਤੇ ਇੱਕੋ ਦਿਨ ਫਿਰ ਐਕਸਪਾਇਰ ਹੋਣੇ ਸੀਗੇ ਇਕੱਠੇ ਹੀ ਹੋ ਗਏ ਅਤੇ ਇਸ ਵਾਰ ਫਿਰ ਅਸੀਂ ਹੁਣ ਇਕੱਠਿਆਂ ਨੇ ਅਪੁਆਇੰਟਮੈਂਟ ਲਈ ਸੀ ਹੁਸ਼ਿਆਰਪੁਰ 'ਚ ਇਕੱਠੇ ਫਿਰ ਜਾ ਰਹੇ ਹਾਂ ਅਤੇ ਖੜਾ ਆ ਪੀ ਟੀ ਰੋਡ ਦੇ ਉੱਤੇ ਮੁੰਡਾ ਨੂੰ ਹੋਟਲ ਕੋਲੋਂ ਚੁੱਕਣਾ ਹੈ ਚੁੱਕ ਕੇ ਫਿਰ ਅੱਗੇ ਚੱਲਦੇ ਹਾਂ ਆਪਾਂ ਅਤੇ ਤੁਹਾਨੂੰ ਦਿਖਾਉਂਦੇ ਹਾਂ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਕਿੱਦਾਂ ਉੱਥੇ ਨਾ ਦੱਸਦੇ ਵੀ 9 ਵਜੇ ਸ਼ੁਰੂ ਕਰ ਦਿੰਦੇ ਆ ਕਲਾਸ ਬਾਕੀ ਜਾ ਕੇ ਦੇਖਦੇ ਹਾਂ 9 ਵਜੇ ਕਰਦੇ ਆ ਕਿ 10 ਵਜੇ ਕਰਦੇ ਮਤਲਬ 9 ਵਜੇ ਅੰਦਰ ਵਾੜ ਦਿੰਦੇ ਆ ਜਿਹਨਾਂ ਜਿਹਨਾਂ ਨੂੰ ਜਿਹੜੇ ਜਿਹੜੇ ਪਹੁੰਚ ਗਏ ਅਤੇ ਹੁਣ 8:15 ਹੋ ਗਏ ਆ ਅਤੇ ਆਪਾਂ ਤੁਰ ਪਏ ਹਾਂ ਜੀ ਫਲੋਰ ਆ ਆਪਾਂ ਇਸ ਟਾਈਮ ਅਤੇ ਹੁਸ਼ਿਆਰਪੁਰ ਜਾਣਾ ਹੈ ਦੇਖਦੇ ਹਾਂ ਆਪਾਂ ਟਾਈਮ ਨੂੰ ਪਹੁੰਚ ਸਕਦੇ ਹਾਂ ਕਿ ਨਹੀਂ ਚਲੋ ਠੀਕ ਹੈ ਜੀ ਅੱਗੇ ਹੁਣ ਚੁੱਕਦੇ ਹਾਂ ਮੁੰਡੇ ਨੂੰ ਆਪਾਂ ਫਲੋਰ ਵਾਲ ਮੇਨ ਰੋਡ ਹੈ ਜੀ ਟੀ ਰੋਡ ਜਿੱਥੋਂ ਫਲੋਰ ਤੋਂ ਆਪਾਂ ਜੀ ਟੀ ਰੋਡ 'ਤੇ ਚੜੀਦਾ ਉੱਥੇ ਆ ਗਏ ਪਰ ਆਪਾਂ ਨੂੰ ਥੱਲੇ ਜਾਣਾ ਪੈਣਾ ਕਿਉਂਕਿ ਆਪਾਂ ਸਰਵਿਸ ਲੈਣ 'ਤੇ ਖੜਾ ਹੈ ਮੁੰਡਾ ਫਰੈਂਡ ਮੇਰਾ ਜਿਹਨੂੰ ਚੁੱਕਣਾ ਆਪਾਂ ਇੱਥੋਂ ਚੁੱਕ ਕੇ ਫਿਰ ਚੜ੍ਹਦੇ ਹਾਂ ਜੀ ਟੀ ਰੋਡ 'ਤੇ ਅਤੇ ਢਾਬਾ ਦੱਸਿਆ ਸੀ ਉਹਨੇ ਕਿਤੇ ਕਿ ਉੱਥੇ ਖੜਾ ਹੈ ਦੇਖਦੇ ਹਾਂ ਕਿਹੜਾ ਹਾਂ ਗੁਰੂ ਨਾਨਕ ਢਾਬਾ ਅਤੇ ਲਵਲੀ ਢਾਬਾ ਅੱਗੇ ਹੋਣਾ ਸਾਹਮਣੇ ਸ਼ਾਇਦ ਜਿਹੜੇ ਢਾਬੇ ਦਿਸ ਰਹੇ ਆ ਨਾਲੇ ਆਪਾਂ ਉੱਥੇ ਪਾਉਂਦੇ ਹਾਂ ਜੀ ਸਾਹਮਣੇ ਉੱਥੋਂ ਪਾਉਂਦੇ ਹਾਂ ਤੇਲ ਇੱਕ ਵਾਰ ਫਿਰ ਆਪਾਂ ਨੂੰ ਰਸਤੇ 'ਚ ਰੁਕਣ ਦੀ ਜ਼ਰੂਰਤ ਨਹੀਂ ਪਊਗੀ ਕਿਤੇ ਉੱਥੇ ਟਰੱਕ ਟਰੁੱਕ ਖੜ੍ਹੇ ਇੱਥੇ ਹੋਣਾ ਚਾਹੀਦਾ ਕਿਤੇ ਦੇਖਦੇ ਹਾਂ ਲਵਲੀ ਢਾਬਾ ਅਤੇ ਕਿਹੜਾ ਹੈ ਪੰਜਾਬੀ ਕਿਸਮ ਢਾਬਾ ਇਹਨਾਂ 'ਚ ਨਹੀਂ ਕੋਈ ਵੀ ਹੈਗਾ ਇਹਨਾਂ 'ਚ ਨਹੀਂ ਹੈ ਕੋਈ ਇਹਨਾਂ 'ਚ ਤਾਂ ਕੋਈ ਨਹੀਂ ਉਹ ਅੱਗੇ ਫਿਰ ਢਾਬੇ ਹੈਗਾ ਉੱਥੇ ਜਾਊਗਾ ਫਿਰ ਸ਼ਾਇਦ ਤੇਰੀ ਗੱਡੀ ਵੀ ਨਹੀਂ ਸੀ ਇੱਥੇ ਗੁਰਦਾਸਪੁਰ ਜਿਹਨੇ
ਕੇ ਢਾਬਾ ਲਵਲੀ ਢਾਬਾ ਹੈਗਾ ਹੈਗਾ ਇੱਥੇ ਆ ਜੀ ਮੱਥਾ ਖੜਾ ਹੋਰ ਨੂੰ ਮਾਰਦੇ ਹਾਂ ਗੁਰੂ ਨਾਨਕ ਢਾਬਾ ਉਹ ਆ ਗਿਆ ਜੀ ਔਰ ਜਿਹੜਾ ਗੱਡੀ ਦੇ ਪਿੱਛੇ ਤੁਰ ਆ ਰਿਹਾ ਖੜੀ ਗੱਡੀ ਇਹਦੀ ਚੁੱਕਦੇ ਹਾਂ ਅਤੇ ਚੱਲਦੇ ਹਾਂ ਹੁਸ਼ਿਆਰਪੁਰ ਜਾਣਾ ਟੋਲ ਤਾਂ ਨਹੀਂ ਪੈਂਦਾ ਰਾਜ ਮੈਂ ਫਾਸਟੈਗ ਚ ਪੈਸੇ ਪਾ ਲਈ ਨਹੀਂ ਪੈਂਦਾ ਬਿਲਡਿੰਗ ਤੈਨੂੰ ਤਾਂ ਪਤਾ ਤੂੰ ਜਾਂਦਾ ਰਹਿੰਦਾ ਤੇਲ ਪਾ ਲੈਣਾ ਪੰਪ ਨੂੰ ਆਪਾਂ ਰੁਕਣ ਦੀ ਲੋੜ ਹੀ ਨਹੀਂ ਇਸ ਟਾਈਮ ਟ੍ਰੈਫਿਕ ਵੀ ਘੱਟ ਹੀ ਹੁੰਦੀ ਆ ਇਸ ਟਾਈਮ ਤਾਂ 1.5 ਘੰਟੇ 'ਚ ਅੰਮ੍ਰਿਤਸਰ ਪਹੁੰਚ ਜਾਈਦਾ ਇਹਦਾ ਪਿਆ ਕਲਾਸ ਤਾਂ 10 ਵਜੇ ਸ਼ੁਰੂ ਹੋਣੀ ਆ ਉਹ 9 ਵਜੇ ਸ਼ੁਰੂ ਕਰ ਦਿੰਦੇ ਆ ਅੰਦਰ ਮਤਲਬ ਆਹੋ ਅੰਦਰ ਜਿਹੜੇ ਬੰਦੇ ਪਹੁੰਚ ਗਏ ਸੈਟਿੰਗ ਸੂਟਿੰਗ ਉਹਨਾਂ ਦੀ ਕਰਨ ਨੂੰ ਟਾਈਮ ਲੱਗਦਾ ਹਾਂਜੀ ਤਾਂ ਆਪਾਂ ਜਿਹੜੇ ਪੰਪ 'ਤੇ ਰੁਕੇ ਹਾਂ ਜੀ ਇੱਥੋਂ ਆਪਾਂ ਨੂੰ ਤੇਲ ਨਹੀਂ ਮਿਲਿਆ ਤੇਲ ਸੀਗਾ ਮਤਲਬ ਤੜਕਾ ਸਵੇਰੇ ਸਵੇਰੇ ਕਰਕੇ ਬੰਦਾ ਸਿਰਫ ਇੱਕ ਹੀ ਸੀ ਕੰਮ ਵਾਲਾ ਤੇਲ ਪਾਉਣ ਵਾਲਾ ਪਰ ਤੇਲ ਪਵਾਉਣ ਵਾਲੀ ਜ਼ਿਆਦਾ ਸੀ ਅਤੇ ਇਸ ਕਰਕੇ ਸਾਡੀ ਵਾਰੀ ਬਹੁਤ ਲੇਟ ਆਉਣੀ ਸੀ ਅਤੇ ਅਸੀਂ ਫਿਰ ਅੱਗੇ ਚਲ ਗਏ ਅਤੇ ਗਰਾਇਆਂ ਤੋਂ ਜਾ ਕੇ ਤੇਲ ਪਵਾਉਣਾ ਆਪਾਂ ਹੁਣ ਅਤੇ ਫਿਰ ਚੱਲਾਂਗੇ ਅੱਗੇ ਆਪਾਂ ਜਾ ਰਹੇ ਹਾਂ ਜੀ ਗੁੱਜਰ ਮੱਝਾਂ ਵੀ ਰੋਡ ਦੇ ਉੱਤੇ ਚੜ੍ਹਾਈ ਫਿਰਦੇ ਆ ਅਤੇ ਵੀਡੀਓ ਦੀ ਸਪੀਡ ਥੋੜ੍ਹੀ ਵਧਾ ਦਿੱਤੀ ਕਿਉਂਕਿ ਨਹੀਂ ਤਾਂ ਬਹੁਤ ਜ਼ਿਆਦਾ ਲੰਮੇ ਟਾਈਮ ਦੀ ਵੀਡੀਓ ਬਣਨੀ ਸੀਗੀ ਅਤੇ ਆਪਾਂ ਨੂੰ ਥੋੜ੍ਹੀ ਕਾਹਲੀ ਵੀ ਆ ਲੱਗਦਾ ਆਪਾਂ ਨੂੰ ਲੱਗਦਾ ਸੀਗਾ ਵੀ ਲੇਟ ਹੋ ਜਾਣਾ ਆ ਕਿਉਂਕਿ ਪਹਿਲਾ ਦਿਨ ਆ ਜਾ ਕੇ ਪਤਾ ਨਹੀਂ ਸੀ ਐਡਰੈਸ ਦਾ ਵੀ ਕੋਈ ਜ਼ਿਆਦਾ ਨਹੀਂ ਸੀ ਪਤਾ ਥਾਂ ਵੀ ਜਾ ਕੇ ਲੱਭਣਾ ਸੀ ਵੀ ਕਿੱਥੇ ਹੈਗਾ ਸਕੂਲ ਜਿਹੜਾ ਜਿੱਥੇ ਆਪਾਂ ਕਲਾਸ ਲਾਉਣੀ ਆ ਤਾਂ ਇੱਥੋਂ ਆਪਾਂ ਪੰਪ ਤੋਂ ਤੇਲ ਪਵਾ ਲਿਆ ਸੀ ਜੀ ਆਹ ਹੁਣ ਗਰਾਏ ਹਾਂ ਗਰਾਇਆਂ ਤੋਂ ਆਪਾਂ ਨਿਕਲ ਰਹੇ ਹਾਂ ਮੇਨ ਅਤੇ ਅੱਗੇ ਜਾ ਕੇ ਫਿਰ ਆਪਾਂ ਮੇਨ ਰੋਡ 'ਤੇ ਚੜ੍ਹਾਂਗੇ ਅਜੇ ਤਾਂ ਆਪਾਂ ਸਰਵਿਸ ਲੈਣ 'ਤੇ ਚੱਲ ਰਹੇ ਹਾਂ ਉਦੋਂ ਦੇ ਇੱਥੋਂ ਆਪਾਂ ਵੀ ਮੇਨ ਰੋਡ 'ਤੇ ਚਾੜ ਦੇਣਾ ਜੀ ਬੱਸ ਦੇ ਮਗਰ ਜੀ ਇੰਡੀਆ ਦੇ ਵਿੱਚ ਇੱਦਾਂ ਦੇ ਜੀ ਰੋਡ ਦੇ ਕੰਮ ਇੱਦਾਂ ਦੇ ਜਿਹੜੇ ਕੋਈ ਲੈਫਟ ਸਾਈਡ ਤੋਂ ਥਾਂ ਮਿਲੇ ਤਾਂ ਲੈਫਟ ਸਾਈਡ ਤੋਂ ਹੀ ਓਵਰਟੇਕ ਕਰਨਾ ਪੈਂਦਾ ਮੇਨ ਰੋਡ 'ਤੇ ਛੋਟੇ ਰੋਡ 'ਤੇ ਨਹੀਂ ਸਿਰਪਾ ਜੀ ਟੀ ਰੋਡ 'ਤੇ ਉਹ ਵੀ ਇੱਥੇ ਕਿਉਂਕਿ ਅਲੱਗ ਅਲੱਗ ਲੇਨਾਂ ਬਣੀਆਂ ਹੋਈਆਂ ਆਪਣੀ ਆਪਣੀ ਲੇਨ 'ਚ ਅਗਲਾ ਤੁਰਿਆ ਜਾਵੇ ਇੰਡੀਕੇਟਰ ਤੋਂ ਬਿਨਾਂ ਲੇਨ ਚੇਂਜ ਨਾ ਕਰੇ ਤਾਂ ਫਿਰ ਤੁਸੀਂ ਭਾਵੇਂ ਖੱਬੇ ਦੀ ਓਵਰਟੇਕ ਕਰ ਲਓ ਅਤੇ ਭਾਵੇਂ ਸੱਜੇ ਦੀ ਕਰ ਲਓ ਕੋਈ ਪ੍ਰੋਬਲਮ ਨਹੀਂ ਹੈਗੀ ਐਡੀ ਆਹ ਦੇਖੋ ਜੀ ਜਾਨਵਰ ਗਾਵਾਂ ਮੱਝਾਂ ਵੀ ਰੋਡ ਦੇ ਉੱਤੇ ਤੁਰੀਆਂ ਫਿਰਦੀਆਂ ਹੈ ਪਹੁੰਚ ਗਏ ਜੀ ਆਪਾਂ ਹੁਸ਼ਿਆਰਪੁਰ ਹੁਸ਼ਿਆਰਪੁਰ 'ਚ ਐਂਟਰੀ ਕਰਤੀ ਆਪਾਂ ਜੀ ਅਤੇ ਹੁਣ ਆਪਾਂ ਬਸ ਨੇੜੇ ਹੀ ਹਾਂ ਪਹੁੰਚਣ ਵਾਲੇ ਹੀ ਹਾਂ ਅਤੇ ਲਓ ਜੀ ਪੈ ਗਿਆ ਪੰਗਾ ਇੱਕ ਤਾਂ ਆਪਾਂ ਨੂੰ ਲੱਗਦਾ ਵੀ ਆਪਾਂ ਲੇਟ ਹੋ ਜਾਣਾ ਜਾ ਕੇ ਲੱਭਣੀ ਹੈ ਜਗ੍ਹਾ ਵੀ ਕਿੱਥੇ ਜਾਣਾ ਪਹੁੰਚਣਾ ਅਤੇ ਅੱਗੇ ਮੂਹਰਿਓਂ ਮੂਹਰੇ ਲੱਗਿਆ ਜੀ ਧਰਨਾ
ਇਹ ਧਰਨਾ ਵੀ ਜਨਤਾ ਨੇ ਤੜਕੇ ਹੀ ਲਾਤਾ ਸਵੇਰੇ ਸਵੇਰੇ ਹੀ। ਅਤੇ ਪੁਲਿਸ ਵਾਲੇ ਇੱਧਰ ਦੀ ਖੱਬੇ ਹੱਥ ਮੁੜਨ ਨੂੰ ਕਹਿ ਰਹੇ ਆ ਜੀ, ਇੱਧਰ ਦੀ ਅੱਗੇ ਰਸਤਾ ਸ਼ਹਿਰ ਦੇ ਵਿੱਚ ਵੜਨ ਨੂੰ। ਕਈ ਤਾਂ ਆਪਣੇ ਆਪ ਮੁੜ ਰਹੇ ਆ ਇੱਧਰ ਨੂੰ, ਕਈ ਬਹਿਸ ਕਰ ਰਹੇ ਆ ਪੁਲਿਸ ਨਾਲ, ਅਤੇ ਆਪਾਂ ਤਾਂ ਮੁੜ ਗਏ ਹਾਂ ਜੀ। ਬਾਕੀ ਜਿੱਧਰ ਜਨਤਾ ਜਾ ਰਹੀ ਆ ਉਹਦੇ ਮਗਰ ਮਗਰ ਆਪਾਂ ਜਾ ਰਹੇ ਹਾਂ ਜੀ। ਇੱਧਰ ਫਿਰ ਪੰਗਾ ਪੈ ਗਿਆ ਜੀ, ਮੂਹਰੇ ਵੀ ਜਾਮ ਲੱਗਿਆ ਸੀਗਾ, ਬਹੁਤ ਦੂਰ ਤੱਕ ਲਾਈਨ ਲੱਗੀ ਸੀ। ਅਤੇ ਆਹ ਦੇਖੋ ਜੀ, ਇੱਥੋਂ ਫਿਰ ਆਪਾਂ ਨੂੰ ਵਾਪਸ ਜਾਣਾ ਪਿਆ। ਹੁਣ ਆਪਾਂ ਵਾਪਸ ਜਾ ਰਹੇ ਸੀ ਅਤੇ ਗੱਡੀ ਵਾਲੇ ਨੇ ਆਪਾਂ ਨੂੰ ਦੱਸਿਆ ਵੀ ਜਦੋਂ ਤੁਸੀਂ ਵਾਪਸ ਜਾ ਕੇ ਰੋਡ 'ਤੇ ਚੜ੍ਹਨਾ ਉੱਥੋਂ ਵੀ ਬੰਦ ਕਰ ਦਿੱਤਾ, ਵੀ ਹੁਣ ਨਾ ਤੁਸੀਂ ਅੱਗੇ ਜਾ ਸਕਦੇ ਅਤੇ ਨਾ ਤੁਸੀਂ ਪਿੱਛੇ ਜਾ ਸਕਦੇ। ਅਤੇ ਆਹ ਹੁਣ ਇੱਕ ਨਿੱਕਾ ਜਿਹਾ ਰੋਡ ਸਾਨੂੰ ਲੱਭਿਆ ਸ਼ਹਿਰ ਦੇ ਵਿੱਚ, ਜੇ ਆ ਕਲੋਨੀ ਜੀ ਦੇ, ਅਤੇ ਦੇਖਦੇ ਵੀ ਗੱਡੀ ਦੂਜੇ ਪਾਸੇ ਜਾਂਦੀ ਕਿ ਨਹੀਂ ਜਾਂਦੀ, ਡਾਊਟ ਹੀ ਆ ਸਾਨੂੰ ਵੀ ਕਿਤੇ ਵਿੱਚ ਨਾ ਫਸ ਜਾਈਏ ਵਿਚਾਰੇ। ਇਹ ਦੱਸਦੇ ਵੀ ਕੋਈ ਪਾਣੀ ਦਾ ਚੱਕਰ ਆ, ਪਾਣੀ ਨਹੀਂ ਨਿਕਲ ਰਿਹਾ ਉਹਦੇ ਕਰਕੇ ਤਾਂ ਜਾਮ ਲਾਇਆ ਆ ਲੋਕਾਂ ਨੇ। ਚਲੋ ਜੀ, ਇੱਦਾਂ ਆਪਾਂ ਦੂਜੇ ਪਾਸੇ ਨਿਕਲ ਤਾਂ ਆਏ ਹਾਂ ਪੱਧਰੇ ਜਿਹੇ, ਹਾਂ ਦੇਖੋ ਕਿੱਦਾਂ ਦਾ ਰਸਤਾ ਆ। ਜਿੱਦਾਂ ਦਰਿਆ ਜਿਹਾ 'ਚ ਨਹੀਂ ਗੱਡੀ ਵਾੜੀ ਹੁੰਦੀ ਆ ਆਲੇ ਦੁਆਲੇ, ਕਿੱਦਾਂ ਉਹ ਕੀ ਇਹਨੂੰ ਝੀਂਡੇ ਜਿਹੇ ਆ, ਡਰ ਹੀ ਲੱਗਦਾ ਜੀ। ਅਤੇ ਆਹ ਸਾਹਮਣੇ ਕੂੜਾ ਡੰਪ ਆ ਸ਼ਾਇਦ ਕੂੜੇ ਦਾ। ਚਲੋ ਸੜਕ ਆ ਹੀ ਗਈ ਆ, ਇੱਧਰ ਹੁਣ ਫੇਰ ਨਾ ਜਾਮ ਟੱਕਰ ਜਾਵੇ ਮੂਹਰੇ। ਹੁਣ ਦੇਖਿਆ ਜੀ ਤੁਸੀਂ, ਆਪਾਂ ਇੰਨੀ ਦੂਰੋਂ ਆਏ ਹਾਂ ਸ਼ਹਿਰ ਦੇ ਵਿੱਚ ਵੜ ਕੇ ਅਤੇ ਜਾਮ ਲੱਗ ਗਿਆ, ਉੱਥੋਂ ਪੁਲਿਸ ਨੇ ਹੋਰ ਰਸਤਾ ਆਪਾਂ ਨੂੰ ਦੱਸਿਆ ਜਾਣ ਨੂੰ, ਸ਼ਹਿਰ ਦੇ ਵਿੱਚ ਉੱਧਰ ਗਏ ਹਾਂ ਤਾਂ ਉੱਧਰ ਵੀ ਜਾਮ ਲੱਗਿਆ ਸੀਗਾ, ਅਤੇ ਜੇ ਉੱਥੋਂ ਵਾਪਸ ਮੁੜ ਕੇ ਫਿਰ ਰੋਡ ਤੋਂ ਸੋਚਿਆ ਵੀ ਵਾਪਸ ਮੁੜ ਕੇ ਬਾਈਪਾਸ ਵੱਲ ਦੀ ਚੱਲ ਜਾਂਦੇ ਹਾਂ, ਅਤੇ ਉਹ ਜਿਨ੍ਹਾਂ ਨੇ ਧਰਨਾ ਲਾਇਆ ਸੀ ਉਹਨਾਂ ਨੇ ਉਹ ਰੋਡ ਵੀ ਬਲੋਕ ਕਰਤਾ ਵਾਪਸ ਆਉਣ ਤੱਕ। ਆਪਾਂ ਹੁਣ ਫਸ ਗਏ ਸੀ ਵਿਚਾਲੇ, ਪਰ ਜੇ ਆਹ ਨਿੱਕਾ ਜਿਹਾ ਰਸਤਾ ਨਾ ਲੱਭਦਾ ਤਾਂ ਭਾਵੇਂ ਸਾਰੀ ਦਿਹਾੜੀ ਉੱਥੇ ਨਿਕਲ ਜਾਂਦੀ। ਇੱਦਾਂ ਦੇ ਕੰਮ ਆਪਣੇ ਪੰਜਾਬ 'ਚ ਚੱਲਦੇ ਆ। ਚਲੋ ਫਿਰ ਵੀ ਆਪਾਂ ਨੂੰ ਪੁਲੀ ਜਿਹੀ ਲੱਭ ਗਈ, ਛੋਟਾ ਜਿਹਾ ਰੋਡ ਉਹਦੇ ਵਿੱਚ ਦੀ ਆਪਾਂ ਆ ਗਏ, ਹੁਣ ਵਾਪਸ ਜਾ ਰਹੇ ਹਾਂ ਆਪਾਂ ਬਾਈਪਾਸ ਤੋਂ ਦੀ ਹੋ ਕੇ ਆਪਾਂ ਦੂਜੀ ਸਾਈਡ 'ਤੇ ਜਾ ਕੇ ਹੁਸ਼ਿਆਰਪੁਰ ਵੜਾਂਗੇ। ਆਹ ਹੁਣ ਬਾਈਪਾਸ ਆ ਜੀ, ਅਤੇ ਇੱਧਰ ਦੀ ਆਉਣ ਦੇ ਲਈ ਆਪਾਂ ਨੂੰ ਮਤਲਬ 4-5 ਕਿਲੋ 5-6 ਕਿਲੋਮੀਟਰ ਦਾ ਮਤਲਬ ਚੱਕਰ ਪੈ ਗਿਆ ਸਾਨੂੰ। ਜਿੱਥੋਂ ਆਪਾਂ ਵਾਪਸ ਮੁੜ ਕੇ ਆਏ ਉੱਥੋਂ ਸਿਰਫ 1 ਕਿਲੋਮੀਟਰ ਦੀ ਵਾਟ ਰਹਿ ਗਈ ਸੀ, ਇੱਧਰ ਦੀ ਹੁਣ ਆਪਾਂ ਨੂੰ ਪੈਣਾ ਆ ਜੀ 5 ਕਿਲੋਮੀਟਰ। ਟ੍ਰੈਫਿਕ ਕਾਫੀ ਆ ਸ਼ਹਿਰ ਦੇ ਵਿੱਚ, ਕਿਉਂਕਿ 9 ਕੁ ਦੇ ਕਰੀਬ ਹੋਇਆ ਆ ਟਾਈਮ, 9:45 ਆ, ਅਤੇ ਸਾਰਿਆਂ ਦੇ ਜੋਬ 'ਤੇ ਜਾਣ ਦਾ ਵੀ ਟਾਈਮ ਹੁੰਦਾ, ਆਫਿਸ ਜਾਣ ਦਾ ਵੀ ਟਾਈਮ ਹੁੰਦਾ ਸਾਰਿਆਂ ਦੇ। ਦੇਖੋ ਜੀ ਕਿੱਦਾਂ ਦੀ ਜਗ੍ਹਾ 'ਤੇ ਸਕੂਲ ਆ, ਭੀੜੇ ਭੀੜੀਆਂ ਸੜਕਾਂ ਆ, ਦੇਖ ਅਤੇ ਆਖਿਰ ਆਪਾਂ ਪਹੁੰਚ ਗਏ ਸਕੂਲ। ਵੈਸੇ ਕਿਸੇ ਖੁੱਲ੍ਹੀ ਜਗ੍ਹਾ 'ਤੇ ਚਾਹੀਦਾ, ਬਾਹਰੋਂ ਬਾਹਰ ਕਿਸੇ ਬਾਈਪਾਸ 'ਤੇ ਹੋਵੇ ਜਾਂ ਕਿੱਦਾਂ,
ਸ਼ਹਿਰ ਦੇ ਵਿੱਚ ਤਾਂ ਬੜਾ ਮੁਸ਼ਕਲ ਹੈ, ਜਿੱਦਾਂ ਦੀ ਜਗ੍ਹਾ 'ਤੇ ਗੱਡੀ ਸਿੰਗਲ ਸਿੰਗਲ ਗੱਡੀ ਨਿਕਲਦੀ ਉੱਥੇ। ਚਲੋ ਪਹੁੰਚ ਗਏ ਜੀ, ਦੇਖੋ ਇੱਥੇ ਕਿੰਨੇ ਹੋਰ ਵੀ ਲੋਕ ਪਹੁੰਚੇ, ਡਰਾਈਵਰ ਵੀਰ। ਅਤੇ ਆਪਾਂ ਅਚਾਨਕ ਆ ਗਏ ਜੀ ਕਲਾਸ ਲਾਸਟ 'ਤੇ, ਆਪਾਂ ਆ ਗਏ ਜੀ ਹੁਣ ਕਲਾਸ ਦੇ ਵਿੱਚ। ਆ ਦੇਖੋ ਕਲਾਸ ਲੱਗੀ, ਪੁਰਾਣੇ ਦਿਨ ਯਾਦ ਆ ਗਿਆ ਸਕੂਲ ਦੇ ਟਾਈਮ ਦੇ। ਦੇਖੋ ਸਾਰੇ ਕਲਾਸ ਲਾਉਣ ਲਈ ਬੈਠੇ ਆ, ਜਿੱਦਾਂ ਕਾਲਜ ਦੇ ਵਿੱਚ ਚਾਹੀਦਾ ਸੀ। ਆਹ ਹੁਣ ਇੱਥੇ ਚਾਹ ਪਾਣੀ ਦਾ ਪੂਰਾ ਪ੍ਰਬੰਧ ਹੈਗਾ ਆ ਜੀ, ਪਰ ਪੇਡ ਆ, ਜਿੱਦਾਂ ਪੈਸੇ ਦੇ ਕੇ ਪਾਣੀ ਫਰੀ ਆ, ਵਾਟਰ ਕੂਲਰ ਲੱਗੇ ਆ, ਅਤੇ ਚਾਹ ਅਤੇ ਨਾਲ ਬ੍ਰੈਡ ਪਕੌੜੇ ਜਾਂ ਸਮੋਸੇ ਆਪਾਂ ਨੂੰ ਉਹ ਪੈਸੇ ਦੇ ਕੇ ਖਾ ਸਕਦੇ ਹਾਂ ਅਤੇ ਚਾਹ ਪੀ ਸਕਦੇ ਹਾਂ। ਅਤੇ ਸਕੂਲ ਬਹੁਤ ਵਧੀਆ ਆ ਜੀ, ਪੂਰਾ ਡਸਟਬਿਨ ਵੀ ਰੱਖੇ ਹੋਏ ਆ, ਕੋਈ ਖਲਾਰਾ ਨਹੀਂ, ਕੋਈ ਗੰਦ ਪੈਲ ਨਹੀਂ, ਮਤਲਬ ਬਿਲਕੁਲ ਸਫਾਈ ਆ। ਅਤੇ ਆਪਣੀ ਕਲਾਸ ਦੇ ਵਿੱਚ ਆ ਜੀ ਆਪਣੇ ਹੈਗੇ ਮਾਸਟਰ ਜੀ, ਅਤੇ ਬਹੁਤ ਹੀ ਵਧੀਆ ਬੰਦੇ ਆ ਜੀ, ਬਹੁਤ ਵਧੀਆ ਸਮਝਾਇਆ ਇਹਨਾਂ ਨੇ। ਟੀਵੀ ਤੇ ਲਾ ਕੇ ਐਲਡੀ ਸਕਰੀਨ ਦੇ ਉੱਤੇ ਆ ਮੇਨ ਰੂਲ ਜਿਹਾ ਰੋਡ ਦੇ ਉੱਤੇ ਚੱਲਣ ਲਈ, ਜਿਹੜੇ ਕਿ ਹਰ ਇੱਕ ਨੂੰ ਸਮਝਣੇ ਪੈਣੇ ਆ, ਸਮਝਣੇ ਵੀ ਚਾਹੀਦੇ ਆ ਤੇ ਫੋਲੋ ਵੀ ਕਰਨੇ ਚਾਹੀਦੇ ਆ। ਪੌਜ਼ ਲਾ ਕੇ ਦੇਖ ਲਿਓ ਵੀਡੀਓ ਨੂੰ। ਤੇ ਹੁਣ ਆਪਣਾ ਪਹਿਲੇ ਦਿਨ ਦੀ ਕਲਾਸ ਹੋ ਗਈ ਆ ਜੀ ਪੂਰੀ, ਤੇ ਹੁਣ ਆਪਾਂ ਵਾਪਸ ਜਾ ਰਹੇ ਆ ਜੀ ਘਰ ਨੂੰ। ਇੱਥੋਂ ਭਾਰ ਦੇਦੇ ਸੀ? ਨਹੀਂ, ਆ ਦੇਖੋ ਹੁਣ ਆਪਾਂ ਦੇਖੋ ਇੱਦਾਂ ਦੀ ਜਗ੍ਹਾ 'ਤੇ ਸਕੂਲ ਹੈ ਬਣਾਇਆ, ਭੀੜੀ ਜਿਹੀ ਜਗ੍ਹਾ 'ਤੇ। ਐਨ ਸ਼ਹਿਰ ਦੇ ਵਿਚਾਲੇ ਜਾ ਜਾ ਕੇ ਬਣਾਇਆ ਆ। ਅਤੇ ਹੁਣ ਆਪਾਂ ਇੱਥੋਂ ਚੱਲਦੇ ਹਾਂ ਜੀ ਸੱਜੇ ਹੱਥ ਸ਼ਹਿਰ ਦੇ ਵਿੱਚ ਦੀ, ਜਿੱਧਰ ਪਹਿਲਾਂ ਆਉਣ ਵਾਰੀ ਜਾਮ ਲੱਗਿਆ ਹੋਇਆ ਸੀ, ਹੁਣ ਉੱਧਰ ਦੀ ਚੱਲਦੇ ਹਾਂ ਕਿਉਂਕਿ ਹੁਣ ਜਾਮ ਨਿਕਲ ਧਰਨਾ ਚੁੱਕ ਲਿਆ ਹੋਣਾ ਆ। ਅਤੇ ਹੁਣ ਆਪਾਂ ਫਿਰ ਉੱਧਰ ਦੀ ਚੱਲਾਂਗੇ ਕਿਉਂਕਿ ਇੱਧਰ ਦੀ ਸ਼ੋਰਟਕੱਟ ਆ। ਲਓ ਜੀ, ਅਤੇ ਆਹ ਦੇਖੋ ਜੀ ਇੱਧਰ ਵੀ ਪੈ ਗਿਆ ਪੰਗਾ, ਮੂਹਰੇ ਜਾਮ ਲੱਗਿਆ ਹੈ ਅਤੇ ਸਾਰੇ ਮੂਹਰਿਓਂ ਵਾਪਸ ਆ ਰਹੇ ਆ ਮੁੜ ਕੇ, ਅਤੇ ਇਸ ਕਰਕੇ ਆਪਾਂ ਵੀ ਹਾਂ ਬਸ ਇੱਥੋਂ ਮੁੜ ਹੀ ਚੱਲੀਏ ਪਿੱਛੇ ਨੂੰ ਕਿਉਂਕਿ ਮੂਹਰੇ ਬਹੁਤ ਲੰਮਾ ਜਾਮ ਲੱਗਿਆ। ਅੱਜ ਸਵੇਰ ਦਾ ਜਾਮ 'ਚ ਫਸੇ ਪਏ ਹਾਂ, ਕਦੇ ਕਿੱਧਰ ਜਾਮ, ਜਿੱਧਰ ਨੂੰ ਵੀ ਜਾਈਏ ਮੂਹਰੇ ਜਾਮ ਲੱਗ ਜਾਂਦਾ। ਅਤੇ ਹੁਣ ਇੱਥੋਂ ਵਾਪਸ ਜਾ ਰਹੇ ਹਾਂ ਆਪਾਂ, ਫਿਰ ਜਿੱਧਰੋਂ ਆਏ ਸੀ ਉੱਧਰ ਨੂੰ ਜਾਵਾਂਗੇ ਬਾਈਪਾਸ ਵੱਲ ਦੀ। ਅੱਜ ਪਹਿਲਾ ਦਿਨ, ਅੱਜ ਤਾਂ ਬੜੇ ਖੱਜਲ ਹੋਏ ਹਾਂ, ਕੋਈ ਐਕਸਪੀਰੀਅੰਸ ਵਧੀਆ ਨਹੀਂ ਰਿਹਾ ਅੱਜ ਪਹਿਲੇ ਦਿਨ ਦਾ, ਆਉਣ ਜਾਣ ਦਾ ਮਤਲਬ। ਕਲਾਸ ਵਿੱਚ ਬਹੁਤ ਵਧੀਆ ਰਿਹਾ, ਦੇਖੋ ਜੀ ਇੱਕ ਗੱਡੀ ਅਤੇ ਦੂਜੀ ਗੱਡੀ ਨਾਲ ਦੀ ਨਿਕਲਣੀ ਹੋਵੇ ਤਾਂ ਮਸੀਂ ਨਿਕਲਦੀ ਥਾਂ ਥੋੜ੍ਹਾ ਜਿਹਾ, ਅਤੇ ਚਲੋ ਅੱਗੇ ਆ ਜਾਣਾ ਰੋਡ ਥੋੜ੍ਹਾ ਖੁੱਲ੍ਹਾ। ਆਟੋ ਰਿਕਸ਼ੇ ਵੀ ਜਾ ਰਹੇ ਆ ਜੀ, ਈ ਰਿਕਸ਼ਾ ਬਹੁਤ ਹੋ ਗਿਆ ਹੁਣ ਸਾਰੇ ਸ਼ਹਿਰਾਂ ਦੇ ਵਿੱਚ, ਇਹ ਕਾਫੀ ਵਧੀਆ ਚੱਲ ਰਿਹਾ, ਕੋਈ ਪੋਲਿਊਸ਼ਨ ਨਹੀਂ ਹੈ, ਕੋਈ ਆਵਾਜ਼ ਨਹੀਂ ਕਰਦੇ ਅਤੇ ਭੱਜਦੇ ਵੀ ਬਹੁਤ ਆ। ਈ ਰਿਕਸ਼ਾ ਪੰਜਾਬ ਦੇ ਵਿੱਚ ਹੁਣੀ 2 ਸਾਲ ਦੇ ਵਿੱਚ ਹੀ ਜ਼ਿਆਦਾ ਇਹ ਚੱਲੇ ਆ, ਨਹੀਂ ਤਾਂ ਇੱਥੇ ਪਹਿਲਾਂ ਪੰਜਾਬ 'ਚ ਬਹੁਤ ਘੱਟ ਮਿਲਦੇ ਸੀ ਦੇਖਣ ਨੂੰ, ਕਿਉਂਕਿ ਕਈ ਸਾਲ ਪਹਿਲਾਂ ਆਗਰੇ ਗਿਆ ਸੀਗਾ ਮੈਂ, ਉੱਥੇ ਸੀਗੇ ਦੇਖੇ ਪਹਿਲੀ ਵਾਰ ਈ ਰਿਕਸ਼ਾ। ਅਤੇ ਹੁਣ ਤਾਂ ਇੱਥੇ ਆਪਣੇ ਬਹੁਤ ਜ਼ਿਆਦਾ ਹੋ ਗਏ ਆ, ਪਰ ਵਧੀਆ ਆ, ਪੋਲਿਊਸ਼ਨ ਘਟਿਆ, ਕੋਈ ਧੂੰਆਂ ਨਹੀਂ, ਕੋਈ ਸ਼ੋਰ ਸ਼ਰਾਬਾ ਨਹੀਂ, ਆਵਾਜ਼ ਨਹੀਂ ਹੈ ਇਹਨਾਂ ਦੀ। ਖਜੂਰਾਂ ਦੇ ਦਰਖਤ ਵੀ ਲਾਏ ਆਲੇ ਦੁਆਲੇ ਨਾ, ਵਧੀਆ ਲੁੱਕਾ।
ਵਧੀਆ ਸ਼ਹਿਰ ਆ ਜੀ। ਬਾਈਪਾਸ ਬਹੁਤ ਵਧੀਆ, ਆਲੇ ਦੁਆਲੇ ਦਰਖਤ ਦਰਖਤ ਆ, ਅਤੇ ਉੱਦਾਂ ਵੀ ਪਹਾੜੀ ਏਰੀਆ ਜਿਹਾ ਪੈ ਜਾਂਦਾ, ਨਾਲ ਹੀ ਤਾਂ ਪਹਾੜੀਆਂ ਸ਼ੁਰੂ ਹੋ ਜਾਂਦੀਆਂ, ਇੱਥੋਂ ਦਿਸਦੀਆਂ ਹੀ ਆ ਪਹਾੜੀਆਂ, ਪਰ ਇਹ ਤਾਂ ਕੈਮਰੇ ਦੇ ਵਿੱਚ ਮੇਰੇ ਤੋਂ ਦਿਖਾ ਰਹੀਆਂ ਹੋਈਆਂ। ਲਓ ਜੀ ਇੱਦਾਂ ਵੀ ਹੋ ਜਾਂਦੀ। ਲਓ ਜੀ ਆਪਾਂ ਹੁਣ ਫਿਰ ਸਪੀਡ ਵਧਾਤੀ ਆ ਥੋੜ੍ਹੀ ਜੀ ਵੀਡੀਓ ਦੀ, ਛੇਤੀ ਛੇਤੀ ਪਹੁੰਚਦੇ ਹਾਂ ਜੀ ਆਪਾਂ ਆਪਣੇ ਸ਼ਹਿਰ। ਇੱਥੋਂ ਆ ਗਿਆ ਜੀ, ਇੱਥੋਂ ਹੁਣ ਮੁੜਨਾ ਹੈ ਆਪਾਂ ਇੱਧਰ ਨੂੰ। ਅੱਗੇ ਹੁਣ ਆਹ ਚੌਂਕ ਤੋਂ ਮੁੜਨਾ ਹੈ ਆਪਾਂ ਇੱਧਰ ਫਗਵਾੜੇ ਵੱਲ ਨੂੰ ਜੀ। ਹੁਣ ਆਪਾਂ ਮੁੜ ਗਏ ਫਗਵਾੜੇ ਨੂੰ, ਅਤੇ ਹੁਣ ਸਾਨੂੰ ਲੱਗੀ ਆ ਜੀ ਬਹੁਤ ਜ਼ੋਰ ਦੀ ਭੁੱਖ, ਅਸੀਂ ਦੋ ਜਣੇ ਸੀ, ਸਾਨੂੰ ਦੋਨਾਂ ਨੂੰ ਭੁੱਖ ਲੱਗੀ ਆ। ਮੈਂ ਤਾਂ ਰੋਟੀ ਸਵੇਰੇ ਘਰੋਂ ਖਾ ਕੇ ਵੀ ਗਿਆ ਸੀ, ਪਰ ਮੇਰੇ ਨਾਲ ਦੇ ਨੇ ਸਵੇਰੇ ਵੀ ਨਹੀਂ ਸੀ ਰੋਟੀ ਖਾਧੀ। ਅਤੇ ਹੁਣ ਆਪਾਂ ਇੱਥੇ ਆ ਬਾਬੇ ਦਾ ਢਾਬਾ, ਇੱਥੇ ਆਪਾਂ ਰੁਕਾਂਗੇ। ਇੱਥੇ ਅੱਗੇ ਵੀ ਕਈ ਵਾਰ ਆਪਾਂ ਰੁਕੇ, ਜਦੋਂ ਇੱਧਰ ਨੂੰ ਗੇੜਾ ਲੱਗੇ ਹੁਸ਼ਿਆਰਪੁਰ ਵਾਲੀ ਸਾਈਡ ਨੂੰ, ਅਤੇ ਇੱਥੇ ਰੁਕ ਕੇ ਆਪਾਂ ਰੋਟੀ ਪਾਣੀ ਖਾਈਦਾ ਜ਼ਰੂਰ, ਜਾਂ ਚਾਹ ਜ਼ਰੂਰ, ਚਾਹ ਪੀਦੀ, ਚਾਹ ਬਹੁਤ ਸਵਾਦ ਬਣਾਉਂਦੇ ਢਾਬੇ ਵਾਲੇ। ਇੱਥੇ ਆਪਾਂ ਹੁਣ ਖਾਵਾਂਗੇ ਜੀ ਰੋਟੀ। ਆ ਗਏ ਜੀ ਆਪਾਂ ਅੰਦਰ, ਦੇਖੋ ਜੀ ਅੰਦਰੋਂ ਹੋਟਲ ਏ ਸੀ ਵਗੈਰਾ ਲੱਗੇ ਆ, ਪੂਰਾ ਏ ਸੀ ਹਾਲ ਆ। ਬਸ ਰੋਟੀ ਆਉਣ ਵਾਲੀ ਆ ਜੀ ਹੁਣ, ਅਤੇ ਸਲਾਦ ਆ ਗਿਆ ਜੀ, ਅਤੇ ਨਾਲ ਪਾਣੀ ਅਤੇ ਪਲੇਟਾਂ ਖਾਲੀ ਆ ਗਈਆਂ ਆ। ਆਹ ਪਾਉਂਦੇ ਹਾਂ ਜੀ ਆਪਾਂ ਨਿੰਬੂ ਸਲਾਦ ਦੇ ਉੱਤੇ ਜਾਤੇ। ਲਓ ਜੀ ਆ ਗਈ ਦਾਲ ਮੱਖਣੀ ਅਤੇ ਦਹੀਂ। ਕਿੰਨਾ ਆ ਗਏ ਜੀ ਤੰਦੂਰੀ ਰੋਟੀ, ਅਤੇ ਰੋਟੀ ਤੋਂ ਬਾਅਦ ਫਿਰ ਆਪਾਂ ਪੀਤੀ ਉਹੀ ਚਾਹ ਜਿਹੜੀ ਵੀ ਬਹੁਤ ਮਸ਼ਹੂਰ ਹੈ ਇਸ ਢਾਬੇ ਦੀ, ਬਹੁਤ ਵਧੀਆ ਚਾਹ। ਅਤੇ ਹੁਣ ਆਪਾਂ ਪੇਟ ਪੂਜਾ ਕਰ ਲਈ ਆ, ਅਤੇ ਹੁਣ ਆਪਾਂ ਚੱਲਦੇ ਹਾਂ ਜੀ ਘਰ ਨੂੰ, ਹੈਂਡ ਵਾਸ਼ ਕਰ ਲਈਏ ਯਾਰ ਪਹਿਲਾਂ। ਚਲੋ ਜੀ ਹੁਣ ਆਪਾਂ ਪੇਟ ਪੂਜਾ ਕਰਕੇ ਤੁਰ ਪਏ ਹਾਂ ਜੀ ਆਪਣੇ ਪਿੰਡ ਵੱਲ, ਘਰ ਵੱਲ ਨੂੰ, ਮਤਲਬ ਫਗਵਾੜੇ ਜਾਵਾਂਗੇ ਪਹਿਲਾਂ, ਅਤੇ ਉੱਥੋਂ ਫਿਰ ਆਪਾਂ ਫਲੋਰ ਬੰਦੇ ਨੂੰ ਲਾਉਣਾ ਆ ਨਾਲ ਦੇ ਨੂੰ, ਫਿਰ ਜਾਵਾਂਗੇ ਘਰ। ਆ ਫਗਵਾੜੇ ਪਹੁੰਚ ਗਏ ਜੀ ਆਪਾਂ, ਇੱਥੇ ਖੱਬੇ ਹੱਥ
ਦਾਣਾ ਮੰਡੀ ਹੈ ਜੀ। ਜਦੋਂ ਖੇਤੀ ਕਰਦੇ ਸੀ ਉਦੋਂ ਬਹੁਤ ਵਾਰ ਆਉਂਦੇ ਰਹੇ ਇੱਥੇ ਬਾਸਮਤੀ ਲੈ ਕੇ, ਕਈ ਸਾਲ ਹੀ ਇੱਥੇ ਆਉਂਦੇ ਰਹੇ ਜੀ ਬਾਸਮਤੀ ਲੈ ਕੇ। ਫਗਵਾੜੇ ਹੀ ਆਉਂਦੇ ਹੁੰਦੇ ਸੀ ਕਿਉਂਕਿ ਬਾਸਮਤੀ ਦੀ ਮੰਡੀ ਆਪਾਂ ਨੂੰ ਨੇੜੇ ਹੀ ਪੈਂਦੀ ਸੀ, ਫਗਵਾੜਾ ਮੰਡੀ। ਇੱਕ ਦੋ ਵਾਰ ਮੱਕੀ ਲੈ ਕੇ ਵੀ ਗਏ ਸੀ ਅਤੇ ਆਹ ਸਾਹਮਣੇ ਕੋਲ ਆ ਗਿਆ ਜੀ ਜੀ ਟੀ ਰੋਡ 'ਤੇ ਆਪਾਂ ਚੜ੍ਹ ਜਾਣਾ ਹੁਣ। ਚੜ੍ਹ ਗਏ ਜੀ ਆਪਾਂ ਜੀ ਟੀ ਰੋਡ 'ਤੇ ਫਲੋਰ ਵੱਲ ਨੂੰ। ਆਪਾਂ ਆ ਗਏ ਜੀ ਫਲੋਰ, ਇੱਥੇ ਆਪਾਂ ਮਨਾਲ ਦੇ ਬੰਦੇ ਨੂੰ ਹੁਣ ਲਾਉਣਾ ਆ। ਇੱਥੇ ਇੱਥੇ ਇਹਦੀ ਗੱਡੀ ਖੜ੍ਹੀ ਆ ਸਾਹਮਣੇ ਢਾਬੇ 'ਤੇ, ਦੂਜੇ ਪਾਸੇ ਜਿੱਥੋਂ ਆਪਾਂ ਸਵੇਰੇ ਚੁੱਕਿਆ ਸੀ ਬੰਦੇ ਨੂੰ, ਅਤੇ ਇੱਥੇ ਹੁਣ ਉੱਤਰ ਕੇ ਚਲੇ ਜਾਊਗਾ ਦੂਜੇ ਪਾਸੇ। ਇੱਥੇ ਆਪਾਂ ਹੁਣ ਚੱਲਦੇ ਹਾਂ ਘਰ। ਜੀ ਅੱਜ ਆਪਣਾ ਹੈਗਾ ਦੂਜਾ ਦਿਨ ਕਲਾਸ ਲਾਉਣ ਜਾਣਾ, ਅਤੇ ਅੱਜ ਸ਼ਾਮ ਨੂੰ ਸਰਟੀਫਿਕੇਟ ਮਿਲ ਜਾਣਾ ਕਲਾਸ ਲਾਉਣ ਤੋਂ ਬਾਅਦ। ਅਤੇ ਆਪਾਂ ਚੱਲਦੇ ਹਾਂ ਅੱਜ ਕਲਾਸ ਲਾਉਣ, ਚੱਲੇ ਹਾਂ ਤਿਆਰੀ ਹੈ ਅਤੇ ਸਰਟੀਫਿਕੇਟ ਲੈ ਕੇ ਆਵਾਂਗੇ, ਦਿਖਾਵਾਂਗੇ ਤੁਹਾਨੂੰ ਫਿਰ ਕਿਹੜਾ ਸਰਟੀਫਿਕੇਟ ਮਿਲਦਾ। ਅੱਜ ਆਪਾਂ ਥੋੜ੍ਹਾ ਜਿਹਾ ਕੱਲ੍ਹ ਨਾਲੋਂ ਪਹਿਲਾਂ ਤੁਰੇ ਹਾਂ ਜੀ, ਅਤੇ ਉੱਦਾਂ ਵੀ ਹੁਣ ਆਪਾਂ ਨੂੰ ਪਤਾ ਆ ਵੀ ਆਪਾਂ ਜਾਣਾ ਕਿੱਥੇ ਆ, ਅਤੇ ਹੁਣ ਆਪਾਂ ਖਿੱਚ ਦੇਣਾ ਹੈ ਕੰਮ, ਸਿੱਧੇ ਹੀ ਉੱਥੇ ਜਾਣਾ ਹੁਣ, ਜਾ ਕੇ ਲੱਭਣ ਦੀ ਲੋੜ ਨਹੀਂ ਅੱਜ। ਅਤੇ ਅੱਜ ਟ੍ਰੈਫਿਕ ਵੀ ਥੋੜ੍ਹੀ ਕੱਲ੍ਹ ਨਾਲੋਂ ਘੱਟ ਆ। ਜਦੋਂ ਬੰਦੇ ਨੂੰ ਪਤਾ ਹੋਵੇ ਨਾ ਵੀ ਜਾਣਾ ਕਿੱਥੇ ਆਪਾਂ, ਉਦੋਂ ਥੋੜ੍ਹਾ ਸੌਖਾ ਹੋ ਜਾਂਦਾ ਕੰਮ। ਜਦੋਂ ਹੋਵੇ ਵੀ ਜਾ ਕੇ ਲੱਭਣਾ ਪੈਣਾ ਆ, ਪੁੱਛਣਾ ਪੈਣਾ ਆ, ਉਦੋਂ ਥੋੜ੍ਹਾ ਕੰਮ ਔਖਾ ਹੋ ਜਾਂਦਾ। ਅਤੇ ਅੱਜ ਤਾਂ ਹੁਣ ਆਪਾਂ ਨੂੰ ਪਤਾ ਹੀ ਆ, ਸਿੱਧੇ ਆਪਾਂ ਉੱਥੇ ਹੀ ਚਲੇ ਜਾਣਾ ਆ। ਅਤੇ ਅੱਜ ਕੋਈ ਇੱਥੇ ਜਾ ਕੇ ਪੁੱਛਣ ਦੱਸਣ ਦੀ ਲੋੜ ਵੀ ਨਹੀਂ ਪੈਣੀ ਕੋਈ, ਅਤੇ ਅੱਜ ਸਿੱਧੀ ਡਾਇਰੈਕਟ ਐਂਟਰੀ ਹੋ ਜਾਣੀ ਹੈ। ਅਤੇ ਚਲੋ ਜੀ ਹੁਣ ਪਹੁੰਚਦੇ ਹਾਂ, ਇੱਥੇ ਪਹੁੰਚ ਕੇ ਦੱਸਦੇ ਤੁਹਾਨੂੰ। ਆਹ ਰੂਲਸ ਲਿਖੇ ਹੋਏ ਆ ਜੀ ਉੱਥੇ, ਜਿਹੜੇ ਹਰੇਕ ਡਰਾਈਵਰ ਨੂੰ ਫੋਲੋ ਕਰਨੇ ਚਾਹੀਦੇ ਆ। ਸੜਕ ਸੁਰੱਖਿਆ, ਅਤੇ ਆਪਾਂ ਕਲਾਸ ਅੱਜ ਦੀ ਲਾ ਲਈ ਆ ਜੀ ਹੁਣ, ਅਤੇ ਆਪਾਂ ਫ੍ਰੀ ਹੋ ਗਏ ਹਾਂ। ਆਹ ਸਰਟੀਫਿਕੇਟ ਆਪਾਂ ਨੂੰ ਮਿਲ ਗਿਆ ਆ ਜੀ, ਅਤੇ ਸਰਟੀਫਿਕੇਟ ਲੈ ਕੇ ਹੁਣ ਆਪਾਂ ਘਰ ਆ ਜਾਣਾ ਆ। ਆਹ ਐਂਟਰੀ ਗੇਟ ਆ ਜੀ, ਅਤੇ ਆਹ ਉੱਥੇ ਸ਼ਰਤਾਂ ਲਿਖੀਆਂ ਹੋਈਆਂ ਆ, ਕੁਛ ਜੋ ਵੀ ਮਤਲਬ ਜਾਣਕਾਰੀ ਦਿੱਤੀ ਹੋਈ ਆ ਇਹਦੇ ਵਿੱਚ। ਅਤੇ ਹੁਣ ਸਾਰਿਆਂ ਨੂੰ ਅੱਜ ਸਰਟੀਫਿਕੇਟ ਮਿਲ ਗਿਆ ਸੀਗੇ ਜਿੰਨੇ ਵੀ ਡਰਾਈਵਰ ਆਏ ਸੀਗੇ, ਅਤੇ ਆਹ ਸਾਰੇ ਗੱਡੀਆਂ ਡਰਾਈਵਰਾਂ ਦੀ ਜਿਹੜੇ ਇੱਥੇ ਕਲਾਸ ਲਾਉਣ ਆਏ ਸੀਗੇ, ਮੋਟਰਸਾਈਕਲ, ਗੱਡੀਆਂ, ਆਟੋ ਰਿਕਸ਼ਾ। ਅਤੇ ਹੁਣ ਆਪਾਂ ਸਾਰੇ ਜਣੇ ਸਰਟੀਫਿਕੇਟ ਲੈ ਕੇ ਆਪਣੇ ਆਪਣੇ ਘਰਾਂ ਨੂੰ ਤੁਰ ਪਏ ਹਾਂ। ਅੱਜ ਬੰਦਾ ਆਇਆ ਸੀ? ਅੱਜ ਨਾਲ ਦਾ ਨਹੀਂ ਆਇਆ ਕਿਉਂਕਿ ਉਹਦੀ ਕਲਾਸ ਲੱਗੀ ਨਹੀਂ, ਉਹਨਾਂ ਉਹਨੂੰ ਕੱਲ੍ਹ ਮਨ੍ਹਾ ਕਰ ਦਿੱਤਾ ਸੀਗਾ ਕਿਉਂਕਿ ਉਹਦੀ ਵਾਰੀ ਅਜੇ ਰੋਲ ਨੰਬਰ ਆਇਆ ਨਹੀਂ ਸੀਗਾ। ਇੱਥੇ ਪਹਿਲਾਂ ਫੋਨ ਆਉਂਦਾ ਨਾ, ਇੱਕ ਦੋ ਦਿਨ ਪਹਿਲਾਂ ਫੋਨ ਆ ਜਾਂਦਾ ਵੀ ਆ ਕੇ ਆਪਣੀ ਕਲਾਸ ਲਾ ਲਓ, ਪਰ ਉਹਨੂੰ ਫੋਨ ਨਹੀਂ ਸੀ ਆਇਆ। ਉਹ ਕਹਿੰਦਾ ਮੈਂ ਉੱਦਾਂ ਨਾਲ ਚਲ ਜਾਂਦਾ, ਚਲੋ ਪੁੱਛ ਕੇ ਦੇਖ ਲਾਂਗੇ, ਜੇ ਲੱਗ ਗਈ ਤਾਂ ਠੀਕ ਹੈ ਲਾ ਲਾਂਗੇ, ਪਰ ਨਹੀਂ ਉਹਦੀ ਗੱਲ ਬਣੀ ਨਹੀਂ ਹੈਗੀ ਇਸ ਕਰਕੇ। ਤੋ ਅੱਜ ਸੀਗਾ ਜੀ ਆਪਣਾ ਸੈਕਿੰਡ ਡੇ ਅਤੇ ਹੁਸ਼ਿਆਰਪੁਰ ਡਰਾਈਵਿੰਗ ਸਕੂਲ ਕਲਾਸਾਂ ਲਗਾਉਣ ਵਿੱਚ, ਅਤੇ ਅੱਜ ਵਾਲੀ ਕਲਾਸ ਲਗਾ ਕੇ ਆਪਣੇ ਦੋ ਦਿਨ ਪੂਰੇ ਹੋ ਗਏ ਆ। ਦੋ ਦਿਨ ਦੀ ਕਲਾਸ ਲੈਣੀ ਜਾਂਦੀ ਹੈ ਲਾਇਸੈਂਸ ਲਈ, ਅਤੇ ਕਲਾਸ ਲਗਾਈ ਹੈ ਪਹਿਲਾਂ ਤਾਂ ਕਲਾਸ ਲਗਾ ਕੇ ਫਿਰ
ਪੇਪਰ ਆਇਆ ਸੀ ਅਤੇ ਪੇਪਰ ਹੁੰਦਾ ਜੀ ਓਬਜੈਕਟਿਵ ਟਾਈਪ ਇੱਕ ਕੁਐਸਚਨ ਦਿੱਤਾ ਹੁੰਦਾ ਹੈ ਉੱਤੇ ਅਤੇ ਚਾਰ ਉਹਦੇ ਆਂਸਰ ਦਿੱਤੇ ਹੁੰਦੇ ਆ ਤਿੰਨ ਗਲਤ ਹੁੰਦੇ ਅਤੇ ਇੱਕ ਸਹੀ ਹੁੰਦਾ ਆਪਾਂ ਇਹੀ ਦੇਖਣਾ ਹੁੰਦਾ ਵੀ ਸਹੀ ਕਿਹੜਾ ਆ ਆਪਾਂ ਆਪਣੇ ਹਿਸਾਬ ਨਾਲ ਜਿਹੜਾ ਆਪਾਂ ਨੂੰ ਸਹੀ ਲੱਗਦਾ ਆ ਉਹਦੇ 'ਤੇ ਟਿੱਕ ਲਗਾਉਣੀ ਹੁੰਦੀ ਹੈ ਅਤੇ ਕੋਈ ਔਖਾ ਨਹੀਂ ਹੈਗਾ ਪੇਪਰ ਜੇ ਆਪਾਂ ਧਿਆਨ ਦਾ ਕਲਾਸ ਅਤੇ ਲਗਾਈ ਹੋਵੇ ਦੋਨੋਂ ਦਿਨ ਦੀ ਪੇਪਰ ਬਹੁਤ ਸੌਖਾ ਆ ਉਹਦੇ ਵਿੱਚ ਨੋਰਮਲੀ ਰੋਡ ਸਾਈਨ ਅਤੇ ਰੋਡ ਮਾਰਕਿੰਗ ਬਾਰੇ ਸਾਰਾ ਪੁੱਛਿਆ ਗਿਆ ਹੁੰਦਾ ਅਤੇ ਕੋਈ ਔਖਾ ਨਹੀਂ ਹੈਗਾ ਸਾਰੇ ਜਣੇ ਨੂੰ ਮੇਰੇ ਹਿਸਾਬ ਨਾਲ ਤਾਂ ਸਾਰੇ ਜਣੇ ਨੂੰ ਇੰਨੀ ਟੈਕਨੋਲੋਜੀ ਹੋਣੀ ਚਾਹੀਦੀ ਜਿੰਨੀ ਟੈਕਨੋਲੋਜੀ ਰਹਿੰਦੀ ਹੈ ਘੱਟ ਤੋਂ ਘੱਟ ਇੰਨੀ ਨੋਲੇਜ ਹੋਣੀ ਚਾਹੀਦੀ ਹੈ ਜੋ ਵੀ ਬੰਦਾ ਗੱਡੀ ਚਲਾਉਂਦਾ ਹੈ ਬਹੁਤ ਵਧੀਆ ਲੱਗਿਆ ਜੀ ਆਪਣੇ ਟੀਚਰ ਸੀਗੇ ਜੀ ਇੱਥੇ ਹਰਦੀਪ ਪ੍ਰਦੀਪ ਸਿੰਘ ਬਹੁਤ ਵਧੀਆ ਬੰਦੇ ਸੀਗੇ ਬਹੁਤ ਵਧੀਆ ਜਾਣਕਾਰੀ ਦਿੱਤੀ ਉਹਨਾਂ ਨੇ ਜਿੰਨੀ ਵੀ ਆਪਾਂ ਨੌਲੇਜ ਉਹਨਾਂ ਦੀ ਡਿਟੇਲ ਦਿੱਤੀ ਨੌਲੇਜ ਦਿੱਤੀ ਉਹਨੇ ਦਿੱਤੀ ਆਪਾਂ ਬਹੁਤ ਵਧੀਆ ਨੌਲੇਜ ਦਿੱਤੀ ਆ ਸਾਰੀਆਂ ਗੱਲਾਂ ਉਹਨਾਂ ਦੀਆਂ ਬਹੁਤ ਚੰਗੀ ਤਰ੍ਹਾਂ ਸਮਝਾਈਆਂ ਸਾਰਿਆਂ ਨੂੰ ਜਿੱਦਾਂ ਅਸੀਂ ਸਿੱਖੀ ਕਲਾਸ ਦੇ ਵਿੱਚ ਪੇਪਰ ਦੇ ਦਿੱਤਾ ਪਾਸ ਹੋ ਗਏ ਹਾਂ ਸਰਟੀਫਿਕੇਟ ਆਪਾਂ ਨੂੰ ਮਿਲ ਗਿਆ ਹੈ ਸਰਟੀਫਿਕੇਟ ਲੈ ਕੇ ਜਦੋਂ ਆਪਾਂ ਚੱਲੇ ਹਾਂ ਜੀ ਘਰ ਨੂੰ ਪੇਪਰ ਸਰਟੀਫਿਕੇਟ ਨਾਲ ਲੱਗ ਕੇ ਦਿੱਤੇ ਫਾਈਲ ਜਮ੍ਹਾਂ ਹੋਊਗੀ ਜੀ ਆਪਣੇ ਡਿਸਟ੍ਰਿਕਟ ਆਫਿਸ ਉੱਥੋਂ ਆਪਣਾ ਲਾਇਸੈਂਸ ਬਣ ਕੇ ਆਊਗਾ ਘਰ ਅੱਗੇ ਪ੍ਰੋਸੈਸ ਜਦੋਂ ਹੁੰਦਾ ਅੱਗੇ ਤੁਹਾਨੂੰ ਦੱਸ ਦੇਵਾਂਗੇ ਕਿੱਦਾਂ ਕਿੱਦਾਂ ਕੀ ਕੀ ਚੁੱਕਾ ਹੈ ਇੱਥੇ ਤੱਕ ਮੈਂ ਤੁਹਾਨੂੰ ਦੱਸਤਾ ਇੱਥੇ ਦੋ ਜਣਾ ਆਪਣੀ ਕਲਾਸ ਲੱਗੀ ਆ ਬਹੁਤ ਵਧੀਆ ਨੌਲੇਜ ਮਿਲੀ ਆ ਆਪਣੇ ਇਸ ਤੋਂ ਬਾਅਦ ਆਪਣੇ ਪੇਪਰ ਆਇਆ ਪੇਪਰ ਦਾ ਰਿਜ਼ਲਟ ਆਇਆ ਪਾਸ ਹੋਏ ਹਾਂ ਤਾਂ ਸਰਟੀਫਿਕੇਟ ਮਿਲ ਗਿਆ ਬਹੁਤ ਵਧੀਆ ਲੱਗਿਆ ਸਾਰੇ ਡਰਾਈਵਰ ਜਿਹਨਾਂ ਨੂੰ ਸਲਾਹ ਹੈ ਲਾਇਸੈਂਸ ਜਦੋਂ ਨਵਾਂ ਬਣਾਉਣਾ ਆ ਜਾਂ ਰੀਨਿਊ ਕਰਾਉਣਾ ਤਾਂ ਜ਼ਰੂਰ ਕਲਾਸਾਂ ਲਗਾ ਕੇ ਹੀ ਬਣਾਵੇ ਕਿਉਂਕਿ ਬਹੁਤ ਜ਼ਿਆਦਾ ਜਾਣਕਾਰੀ ਮਿਲਦੀ ਹੈ ਜੀ ਉੱਦਾਂ ਵੀ ਨੋਰਮਲ ਵਿੱਚ ਵੀ ਆਪਾਂ ਨੂੰ ਅਪ ਟੂ ਡੇਟ ਰਹਿਣਾ ਚਾਹੀਦਾ ਹੈ ਯੂਟਿਊਬ 'ਤੇ ਬਹੁਤ ਸਾਰੀਆਂ ਵੀਡੀਓ ਪਾਈਆਂ ਹੋਈਆਂ ਹੈ ਜੋ ਰੋਡ ਮਾਰਕਿੰਗ ਬਾਰੇ ਰੋਡ ਸਾਈਨ ਬਾਰੇ ਜੋ ਨਵੇਂ ਨਵੇਂ ਕਾਨੂੰਨ ਬਣਦੇ ਆ ਰੋਡ ਦੇ ਟ੍ਰੈਫਿਕ ਬਾਰੇ ਮੋਟਰ ਵਹੀਕਲ ਐਕਟ ਵਗੈਰਾ ਜਦੋਂ ਵੀ ਕਿਤੇ ਵਿਹਲਾ ਟਾਈਮ ਹੁੰਦਾ ਯੂਟਿਊਬ 'ਤੇ ਸਰਚ ਮਾਰ ਲਿਆ ਕਰੋ ਰੋਡ ਸਾਈਨ ਰੋਡ ਮਾਰਕਿੰਗ ਇਹਨਾਂ ਬਾਰੇ ਜਾਣਕਾਰੀ ਜ਼ਰੂਰ ਲੈਂਦੇ ਰਿਹਾ ਕਰੋ ਬਹੁਤ ਸਾਰੀਆਂ ਗੱਲਾਂ ਨਵੀਆਂ ਸਿੱਖਣ ਨੂੰ ਮਿਲਦੀਆਂ ਜਿਹੜੀਆਂ ਆਪਣੇ ਜਦੋਂ ਆਪਾਂ ਗੱਡੀ ਚਲਾਉਂਦੇ ਹਾਂ ਬਹੁਤ ਵਧੀਆ ਕੰਮ ਆਉਂਦੀਆਂ ਆਪਣੀ ਆਪਣੀ ਨੌਲੇਜ ਵੱਧਦੀ ਆ ਅਤੇ ਮੇਰੇ ਚੈਨਲ 'ਤੇ ਮੈਂ ਵੀ ਕਾਫੀ ਵੀਡੀਓ ਬਣਾ ਕੇ ਪਾਈਆਂ ਹੋਈਆਂ ਰੋਡ ਮਾਰਕਿੰਗ ਰੋਡ ਸਾਈਨ ਬਾਰੇ ਰੋਡ ਐਕਟ ਮੋਟਰ ਵਹੀਕਲ ਐਕਟ ਬਾਰੇ ਅਤੇ ਹੋਰ ਵੀ ਬਹੁਤ ਸਾਰੇ ਮੇਰੇ ਵੀਰ ਭਰਾ ਹੈਗੇ ਜਿਨ੍ਹਾਂ ਨੇ ਬਹੁਤ ਨੌਲੇਜ ਵਾਲੀਆਂ ਵੀਡੀਓ ਪਾਈਆਂ ਅਤੇ ਜਦੋਂ ਵੀ ਕਿਤੇ ਫਰੀ ਟਾਈਮ ਹੋਵੇ ਜ਼ਰੂਰ ਇੱਦਾਂ ਦੀਆਂ ਵੀਡੀਓ ਨੌਲੇਜ ਵਾਲੀਆਂ ਜ਼ਰੂਰ ਦੇਖਿਆ ਕਰੋ ਜਿਹੜੀਆਂ ਆਪਣੇ ਹਰ ਟਾਈਮ ਕੰਮ ਆਉਣੀਆਂ ਠੀਕ ਹੈ ਜੀ ਹੁਣ ਸਰਟੀਫਿਕੇਟ ਆਪਾਂ ਲੈ ਲਿਆ ਅਤੇ ਆਪਾਂ ਜਾ ਰਹੇ ਹਾਂ ਜੀ ਘਰ ਉੱਥੇ ਗਲਤੀਆਂ ਸਾਰਿਆਂ ਤੋਂ ਹੀ ਹੁੰਦੀਆਂ ਗਲਤੀ ਜਿੰਨਾ ਮਰਜ਼ੀ ਕੋਈ ਕਹੇ ਬਹੁਤ ਮੈਂ ਐਕਸਪਰਟ ਹਾਂ ਗਲਤੀਆਂ ਸਾਰਿਆਂ ਤੋਂ ਹੋ ਜਾਂਦੀਆਂ ਇੱਕ ਤੁਸੀਂ ਬਸ ਦੀ ਗੱਲ ਹੁੰਦੀ ਬਟ ਜਿੰਨੀ ਆਪਣੀ ਨੌਲੇਜ ਤੁਹਾਡੀ ਵੱਧ ਹੋਊਗੀ ਓਨਾ ਗਲਤੀ ਦੇ ਚਾਂਸ ਘੱਟ ਜਾਂਦੇ ਗਲਤੀ ਘੱਟ ਹੁੰਦੀ ਕਈ ਗਲਤੀਆਂ ਕਈ ਇੱਦਾਂ ਦੀਆਂ ਗੱਲਾਂ ਹੁੰਦੀਆਂ ਤਾਂ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਉਹਦੇ ਬਾਰੇ ਉਹ ਆਪਾਂ ਨੂੰ ਦੇਖਣ ਨੂੰ ਮਿਲ ਜਾਵੇ ਆਪਾਂ ਨੂੰ ਵਾਲੀ ਗਲਤੀ ਅੱਗੇ ਤੋਂ ਨਹੀਂ ਕਈ ਗਲਤੀਆਂ ਜਾਣ ਬੁੱਝ ਕੇ ਹੋ ਜਾਂਦੀਆਂ ਕਦੀ ਕਰਨੀਆਂ ਪੈਂਦੀਆਂ ਇੱਥੇ ਕਰਨੀਆਂ ਵੀ ਨਹੀਂ ਹੁੰਦੀਆਂ ਪਰ ਹੁਣ ਬਾਕੀ ਆਪਣੇ ਆਪ ਨੂੰ ਹਰ ਕੋਈ ਸੇਫ ਰੱਖ ਕੇ ਕਰਦਾ ਜੋ ਵੀ ਕਰਦਾ ਹੈਗਾ ਕਿਸੇ ਦਾ ਕੀ ਕਰਦਾ ਹੈਗਾ ਜੇ ਆਪਣੇ ਕੋਈ ਸਰਟੀਫਿਕੇਟ ਲੱਗੇ ਜਾਂ ਕੋਈ ਪ੍ਰੋਬਲਮ ਆਵੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਹੈ ਜੀ ਅਤੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ।